ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ। ਅੱਜ ਦੇ ਇਸ ਵੀਡੀਓ ਦੇ ਵਿੱਚ ਕੰਪਿਊਟਰ ਸਾਇੰਸ ਜਮਾਤ 11ਵੀਂ ਪਾਠ 4 ਦੀ ਅਭਿਆਸ ਹੱਲ ਕਰਾਂਗੇ। ਕੰਪਿਊਟਰ ਸਿਸਟਮ ਮੇਨਟੇਨੈਂਸ ਬਹੁਵਿਕਲਪੀ ਪ੍ਰਸ਼ਨ ਨੰਬਰ 1 ਖਾਲਿਤਾ ਇੱਕ ਕਿਰਿਆ ਹੈ ਜਿਸ ਦੁਆਰਾ ਕੰਪਿਊਟਰ ਪ੍ਰੋਗਰਾਮ ਨੂੰ ਜਾਰੀ ਕੀਤੇ ਜਾਣ ਤੋਂ ਬਾਅਦ ਬਦਲਿਆ ਜਾਂ ਅਪਡੇਟ ਕੀਤਾ ਜਾਂਦਾ ਹੈ। ਸੋਫਟਵੇਅਰ ਮੇਨਟੇਨੈਂਸ, ਹਾਰਡਵੇਅਰ ਮੇਨਟੇਨੈਂਸ, ਪ੍ਰੈਟਿਵ ਮੇਨਟੇਨੈਂਸ, ਪ੍ਰੀਵੇਟਿਵ ਮੇਨਟੇਨੈਂਸ। ਇਹ ਦਾ ਸਹੀ ਉੱਤਰ ਹੈ ਪੂਰਾ ਸੋਫਟਵੇਅਰ ਮੇਨਟੇਨੈਂਸ। ਨੰਬਰ 2 ਕੰਪਿਊਟਿੰਗ ਵਿੱਚ ਖਾਲੀ ਥਾਂ ਇੱਕ ਕੰਪਿਊਟਰ ਚਾਲੂ ਕਰਨ ਦੀ ਪ੍ਰਕਿਰਿਆ ਹੈ। ਸੇਫ ਮੋਡ, ਬੂਟਿੰਗ, ਸਟਾਰਟਿੰਗ, ਲੌਗਇਨ। ਇਸ ਦਾ ਸਹੀ ਉੱਤਰ ਹੈ ਐੜਾ, ਬੂਟਿੰਗ। ਨੰਬਰ 3 ਇਹਨਾਂ ਵਿੱਚੋਂ ਕਿਹੜਾ ਪੋਰਟ ਦੀ ਕਿਸਮ ਨਹੀਂ ਹੈ? ਈਥਰਨੈਟ, PS2 ਪੋਰਟ, VGA ਪੋਰਟ, ਪ੍ਰਿੰਟਰ। ਇਸ ਦਾ ਸਹੀ ਉੱਤਰ ਹੈ ਸੱਸਾ, ਪ੍ਰਿੰਟਰ। ਨੰਬਰ 4 ਖਾਲੀ ਥਾਂ ਸਿਕਿਉਰਿਟੀ ਉਪਕਰਨ ਵਿੰਡੋ ਦੇ ਨਵੀਨਤਮ ਵਰਜਨ ਵਿੱਚ ਬਣਾਇਆ ਗਿਆ ਹੈ ਅਤੇ ਸਾਡੇ ਕੰਪਿਊਟਰ ਨੂੰ ਵਾਇਰਸਾਂ ਅਤੇ ਹੋਰ ਮਾਲਵੇਅਰਾਂ ਤੋਂ ਬਚਾਉਣ ਵਿੱਚ ਸਹਾਇਤਾ ਕਰਦਾ ਹੈ। ਐਂਟੀਵਾਇਰਸ, ਮਾਲਵੇਅਰ, ਵਿੰਡੋਜ਼ ਡਿਫੈਂਡਰ, ਡਿਫਰੈਗਮੈਂਟਰ। ਇਸ ਦਾ ਸਹੀ ਉੱਤਰ ਹੈ ਡੀ, ਵਿੰਡੋ ਡਿਫੈਂਡਰ। ਨੰਬਰ 5 ਖਾਲੀ ਥਾਂ ਇੱਕ ਸੋਫਟਵੇਅਰ ਹੈ ਜੋ ਆਖਰੀ ਉਪਭੋਗਤਾ ਅਤੇ ਕੰਪਿਊਟਰ ਹਾਰਡਵੇਅਰ ਦੇ ਵਿਚਕਾਰ ਇੱਕ ਇੰਟਰਫੇਸ ਵਜੋਂ ਕੰਮ ਕਰਦਾ ਹੈ। ਕੂੜਾ, ਵਿੰਡੋ ਡਿਫੈਂਡਰ, ਐਡਾ, ਫਾਈਲ ਕੰਪ੍ਰੈਸ਼ਨ ਯੂਟਿਲਿਟੀ, ਈਡੀ ਓਪਰੇਟਿੰਗ ਸਿਸਟਮ, ਸੱਸਾ ਸਿਕਿਉਰਿਟੀ ਟੂਲ। ਇਸ ਦਾ ਸਹੀ ਉੱਤਰ ਹੈ ਈਡੀ ਓਪਰੇਟਿੰਗ ਸਿਸਟਮ। ਖਾਲੀ ਥਾਵਾਂ ਭਰੋ। ਨੰਬਰ 1 ਖਾਲੀ ਥਾਂ ਨਿਯਮਤ ਆਧਾਰ ਤੇ ਹਾਰਡਵੇਅਰ ਦੀ ਜਾਂਚ ਕਰਨ ਦੀ ਇਹ ਸੁਨਿਸ਼ਚਿਤ ਕਰਨ ਦੀ ਪ੍ਰਕਿਰਿਆ ਹੈ। ਇਹ ਵਧੀਆ ਚੱਲ ਰਹੇ ਕ੍ਰਮ ਵਿੱਚ ਹੈ। ਪ੍ਰੀਵੈਂਟਿਵ ਮੇਨਟੇਨੈਂਸ। ਨੰਬਰ 2 ਇੱਕ ਖਾਲੀ ਥਾਂ ਇੱਕ ਸੋਫਟਵੇਅਰ ਹੈ ਜੋ ਇੱਕ ਉਪਕਰਨ ਸਾਡੇ ਕੰਪਿਊਟਰ ਨਾਲ ਕੰਮ ਕਰਨ ਲਈ ਵਰਤਦਾ ਹੈ। ਡਰਾਈਵਰ। ਨੰਬਰ 3 ਇੱਕ ਖਾਲੀ ਥਾਂ ਇੱਕ ਸਰੀਰਕ ਡੌਕਿੰਗ ਪੁਆਇੰਟ ਹੈ ਜਿਸ ਦੀ ਵਰਤੋਂ ਨਾਲ ਇੱਕ ਬਾਰੀ ਉਪਕਰਨ ਕੰਪਿਊਟਰ ਨਾਲ ਜੋੜਿਆ ਜਾ ਸਕਦਾ ਹੈ। ਪੋਰਟ। ਨੰਬਰ 4 ਇੱਕ ਖਾਲੀ ਥਾਂ ਟਾਈਪ, ਫੇਸ ਅਤੇ ਹੋਰ ਗੁਣਾਂ ਦਾ ਸੁਮੇਲ ਹੈ ਜਿਵੇਂ ਕਿ ਆਕਾਰ, ਪਿੱਚ ਅਤੇ ਸਪੇਸਿੰਗ। ਫੌਂਟ। ਨੰਬਰ 5 ਖਾਲੀ ਥਾਂ ਦੀ ਵਰਤੋਂ ਕਰਦਿਆਂ ਅਸੀਂ ਆਪਣੇ ਵਿੰਡੋ ਸੈਸ਼ਨ ਨੂੰ ਖਤਮ ਕਰ ਸਕਦੇ ਹਾਂ, ਆਪਣੇ ਚੀਜ਼ਾਂ ਨੂੰ ਸੇਵ ਕਰ ਸਕਦੇ ਹਾਂ ਅਤੇ ਪ੍ਰੋਗਰਾਮਾਂ ਨੂੰ ਬੰਦ ਕਰ ਸਕਦੇ ਹਾਂ, ਪਰ ਵਿੰਡੋਜ਼ ਆਪਰੇਟਿੰਗ ਸਿਸਟਮ ਚੱਲਦਾ ਰਹਿੰਦਾ ਹੈ ਅਤੇ ਦੂਜੇ ਯੂਜ਼ਰਾਂ ਨੂੰ ਕੰਪਿਊਟਰ ਵਰਤਣ ਦੀ ਆਗਿਆ ਦਿੰਦਾ ਹੈ। ਲੌਗ ਆਫ। ਪੂਰੇ ਨਾਮ ਲਿਖੋ। ਨੰਬਰ 1 PNP, ਪਲੱਗ ਐਂਡ ਪਲੇ, USB, ਯੂਨੀਵਰਸਲ ਸੀਰੀਅਲ ਬੱਸ, VGA, ਵੀਡੀਓ ਗ੍ਰਾਫਿਕਸ ਅਡੈਪਟਰ, USC, ਯੂਜਰ ਅਕਾਊਂਟ ਕੰਟਰੋਲ, OS, ਓਪਰੇਟਿੰਗ ਸਿਸਟਮ, NAP, ਨੈਟਵਰਕ ਐਕਸੈਸ ਪ੍ਰੋਟੈਕਸ਼ਨ। ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਪ੍ਰਸ਼ਨ 1 ਪ੍ਰੀਵੈਂਟਿਵ ਮੇਨਟੇਨੈਂਸ ਕੀ ਹੈ? ਉੱਤਰ ਮੇਨਟੇਨੈਂਸ ਤੋਂ ਭਾਵ ਹੈ ਰੱਖ ਰਖਾਅ। ਪ੍ਰੀਵੈਂਟਿਵ ਮੇਨਟੇਨੈਂਸ ਤੋਂ ਭਾਵ ਹੈ ਕੰਪਿਊਟਰ ਦੇ ਹਾਰਡਵੇਅਰਾਂ ਦਾ ਨਿਯਮਤ ਤੌਰ ਤੇ ਰੱਖ ਰਖਾਅ। ਪ੍ਰੀਵੈਂਟਿਵ ਮੇਨਟੇਨੈਂਸ ਇਹ ਸੁਨਿਸ਼ਚਿਤ ਕਰਦਾ ਹੈ ਕਿ ਕੰਪਿਊਟਰ ਸਿਸਟਮ ਠੀਕ ਢੰਗ ਨਾਲ ਕੰਮ ਕਰ ਰਿਹਾ ਹੈ। ਜੇ ਅਸੀਂ ਆਪਣੇ ਕੰਪਿਊਟਰ ਸਿਸਟਮ ਦੀ ਚੰਗੀ ਤਰ੍ਹਾਂ ਦੇਖਭਾਲ ਕਰ ਰਹੇ ਹਾਂ ਤਾਂ ਇਹ ਕ੍ਰੈਸ਼ ਨਹੀਂ ਹੋਵੇਗਾ ਅਤੇ ਸਾਡਾ ਡਾਟਾ ਨਸ਼ਟ ਨਹੀਂ ਹੋਵੇਗਾ। ਸਾਨੂੰ ਆਪਣੇ ਕੰਪਿਊਟਰ ਦੀਆਂ ਸਮੱਸਿਆਵਾਂ ਨੂੰ ਰੋਕਣ ਲਈ ਪ੍ਰੀਵੈਂਟਿਵ ਮੇਨਟੇਨੈਂਸ ਸੰਬੰਧੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਪ੍ਰਸ਼ਨ 2 ਪਲੱਗ ਅਤੇ ਪਲੇ ਡਿਵਾਈਸ ਤੋਂ ਤੁਹਾਡਾ ਕੀ ਭਾਵ ਹੈ? ਉੱਤਰ ਪਲੱਗ ਐਂਡ ਪਲੇ ਨੂੰ ਕਈ ਵਾਰ ਸੰਖੇਪ ਰੂਪ ਵਿੱਚ PNP ਵੀ ਕਿਹਾ ਜਾਂਦਾ ਹੈ। ਇਹ ਅਜਿਹੇ ਡਿਵਾਈਸ ਹਨ ਜੋ ਕੰਪਿਊਟਰ ਸਿਸਟਮ ਨਾਲ ਜੁੜਦੇ ਸਾਰ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ। ਇਹਨਾਂ ਡਿਵਾਈਸਾਂ ਦੀ ਵਰਤੋਂ ਲਈ ਯੂਜ਼ਰ ਨੂੰ ਅਲੱਗ ਤੋਂ ਡਿਵਾਈਸ ਡਰਾਈਵਰਾਂ ਨੂੰ ਇੰਸਟਾਲ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਕੰਪਿਊਟਰ ਆਪਣੇ ਆਪ ਇਹਨਾਂ ਡਿਵਾਈਸਾਂ ਦੀ ਜਾਂਚ ਕਰਕੇ ਇਹਨਾਂ ਦੇ ਡਰਾਈਵਰ ਆਪਣੇ ਆਪ ਲੋਡ ਕਰ ਲੈਂਦਾ ਹੈ। ਉਦਾਹਰਨ ਲਈ, ਕੀਬੋਰਡ ਇੱਕ ਪਲੱਗ ਅਤੇ ਪਲੇ ਡਿਵਾਈਸ ਹੈ। ਜਦੋਂ ਅਸੀਂ ਕੀਬੋਰਡ ਨੂੰ ਕੰਪਿਊਟਰ ਨਾਲ ਅਟੈਚ ਕਰਦੇ ਹਾਂ ਤਾਂ ਕੰਪਿਊਟਰ ਆਪਣੇ ਆਪ ਇਸ ਦੇ ਡਰਾਈਵਰ ਲੋਡ ਕਰ ਲੈਂਦਾ ਹੈ ਅਤੇ ਕੀਬੋਰਡ ਕੰਮ ਕਰਨ ਯੋਗ ਬਣ ਜਾਂਦਾ ਹੈ। ਪ੍ਰਸ਼ਨ 3 PC ਸਿਕਿਉਰਿਟੀ ਟੂਲਸ ਬਾਰੇ ਲਿਖੋ। ਉੱਤਰ ਕੰਪਿਊਟਰ ਵਿਚਲੇ ਡਾਟਾ ਨੂੰ ਸੁਰੱਖਿਅਤ ਰੱਖਣ ਲਈ ਕੰਪਿਊਟਰ ਦੀ ਸਿਕਿਉਰਿਟੀ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਕੰਪਿਊਟਰ ਦੀ ਸਿਕਿਉਰਿਟੀ ਵੱਖ ਵੱਖ ਕਿਸਮਾਂ ਦੇ ਵਾਇਰਸਾਂ ਅਤੇ ਮਾਲਵੇਅਰ ਨੂੰ ਕੰਪਿਊਟਰ ਵਿੱਚ ਦਾਖਲ ਹੋਣ ਤੋਂ ਰੋਕਦੀ ਹੈ। ਕੰਪਿਊਟਰ ਦੀ ਸਿਕਿਉਰਿਟੀ ਲਈ ਅਸੀਂ ਕੰਪਿਊਟਰ ਵਿੱਚ ਵੱਖ ਵੱਖ ਕਿਸਮਾਂ ਦੇ ਟੂਲਸ ਸੌਫਟਵੇਅਰ ਦੀ ਵਰਤੋਂ ਕਰਦੇ ਹਾਂ। ਇਹਨਾਂ ਟੂਲਸ ਸੌਫਟਵੇਅਰ ਨੂੰ ਹੀ PC ਸਿਕਿਉਰਿਟੀ ਟੂਲਸ ਕਿਹਾ ਜਾਂਦਾ ਹੈ। ਉਦਾਹਰਨ ਲਈ, ਐਂਟੀਵਾਇਰਸ, ਐਂਟੀ ਸਪਾਈਵੇਅਰ, ਫਾਇਰਵਾਲ, ਵਿੰਡੋ ਡਿਫੈਂਡਰ ਆਦਿ। ਪ੍ਰਸ਼ਨ 4 ਵਿੰਡੋ ਆਪਰੇਟਿੰਗ ਸਿਸਟਮ ਬਾਰੇ ਤੁਸੀਂ ਕੀ ਜਾਣਦੇ ਹੋ? ਉੱਤਰ ਵਿੰਡੋਜ਼ ਆਪਰੇਟਿੰਗ ਸਿਸਟਮ ਇੱਕ ਸਿਸਟਮ ਸੌਫਟਵੇਅਰ ਹੈ ਜੋ ਇੱਕ ਯੂਜ਼ਰ ਅਤੇ ਕੰਪਿਊਟਰ ਹਾਰਡਵੇਅਰ ਦੇ ਵਿਚਕਾਰ ਇੰਟਰਫੇਸ ਦਾ ਕੰਮ ਕਰਦਾ ਹੈ। ਇੱਕ ਆਪਰੇਟਿੰਗ ਸਿਸਟਮ ਯੂਜ਼ਰ ਨੂੰ ਕੰਮ ਕਰਨ ਲਈ ਗ੍ਰਾਫਿਕਲ ਯੂਜ਼ਰ ਇੰਟਰਫੇਸ ਮੁਹੱਈਆ ਕਰਵਾਉਂਦਾ ਹੈ। ਇਸ ਨੂੰ ਮਾਈਕਰੋਸਾਫਟ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ। ਮਾਈਕਰੋਸਾਫਟ ਨੇ 1985 ਵਿੱਚ ਵਿੰਡੋਜ਼ ਦਾ ਪਹਿਲਾ ਵਰਜਨ ਰਿਲੀਜ਼ ਕੀਤਾ ਸੀ। ਮਾਈਕਰੋਸਾਫਟ ਵੱਲੋਂ ਹੁਣ ਤੱਕ ਵਿੰਡੋਜ਼ ਦੇ ਕਈ ਵਰਜਨ ਰਿਲੀਜ਼ ਕੀਤੇ ਜਾ ਚੁੱਕੇ ਹਨ। ਇਹਨਾਂ ਵਿੱਚੋਂ ਵਿੰਡੋਜ਼ 98, ਵਿੰਡੋਜ਼ XP, ਵਿੰਡੋਜ਼ 7, ਵਿੰਡੋ 8 ਅਤੇ ਵਿੰਡੋ 10 ਵਿੰਡੋ ਆਪਰੇਟਿੰਗ ਸਿਸਟਮ ਦੇ ਮਹੱਤਵਪੂਰਨ ਵਰਜਨ ਹਨ। ਪ੍ਰਸ਼ਨ 5 ਵਿੰਡੋ ਆਪਰੇਟਿੰਗ ਸਿਸਟਮ ਵਿੱਚ ਕੰਟਰੋਲ ਪੈਨਲ ਕੀ ਹੁੰਦਾ ਹੈ? ਉੱਤਰ ਕੰਟਰੋਲ ਪੈਨਲ ਵਿੰਡੋ ਆਪਰੇਟਿੰਗ ਸਿਸਟਮ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ। ਇਸ ਦੀ ਮਦਦ ਨਾਲ ਯੂਜ਼ਰ ਕੰਪਿਊਟਰ ਸਿਸਟਮ ਦੀਆਂ ਵੱਖ ਵੱਖ ਸੈਟਿੰਗਸ ਵਿੱਚ ਬਦਲਾਵ ਕਰ ਸਕਦਾ ਹੈ। ਕੰਟਰੋਲ ਪੈਨਲ ਵਿੱਚ ਕਈ ਐਪਲੀਕੇਸ਼ਨਸ ਹੁੰਦੀਆਂ ਹਨ ਜੋ ਹਾਰਡਵੇਅਰ ਜਾਂ ਸੌਫਟਵੇਅਰ ਦੀਆਂ ਵੱਖ ਵੱਖ ਸੈਟਿੰਗਾਂ ਨੂੰ ਵੇਖਣ ਅਤੇ ਉਹਨਾਂ ਵਿੱਚ ਬਦਲਾਅ ਕਰਨ ਲਈ ਵਰਤੀਆਂ ਜਾ ਸਕਦੀਆਂ ਹਨ। ਉਦਾਹਰਨ ਲਈ, ਕੰਟਰੋਲ ਪੈਨਲ ਵਿੱਚ ਡਿਸਪਲੇ, ਕੀਬੋਰਡ, ਮਾਊਸ ਆਦਿ ਐਪਲੀਕੇਸ਼ਨਾਂ ਦੀ ਵਰਤੋਂ ਹਾਰਡਵੇਅਰ ਸੈਟਿੰਗ ਲਈ ਕੀਤੀ ਜਾਂਦੀ ਹੈ, ਜਦੋਂ ਕਿ ਡੇਟ ਐਂਡ ਟਾਈਮ
ਪਾਵਰ ਆਪਸ਼ਨ ਫੌਂਟ ਐਡਮਿਨ ਟੂਲਸ ਆਦਿ ਸੌਫਟਵੇਅਰ ਸੈਟਿੰਗ ਨਾਲ ਸੰਬੰਧਿਤ ਐਪਲੀਕੇਸ਼ਨਸ ਹਨ। ਵੱਡੇ ਉੱਤਰਾਂ ਵਾਲੇ ਪ੍ਰਸ਼ਨ ਪ੍ਰਸ਼ਨ ਇੱਕ ਸੌਫਟਵੇਅਰ ਅਪਡੇਟ ਅਤੇ ਅਪਗ੍ਰੇਡ ਦੇ ਵਿਚਕਾਰ ਅੰਤਰ ਲਿਖੋ। ਉੱਤਰ ਕਿਸੇ ਸੌਫਟਵੇਅਰ ਵਿੱਚ ਤਬਦੀਲੀ ਕਰਨ ਲਈ ਅਪਡੇਟ ਅਤੇ ਅਪਗ੍ਰੇਡ ਦੋ ਵੱਖਰੇ ਵੱਖਰੇ ਤਰੀਕੇ ਹਨ, ਪਰ ਇਹਨਾਂ ਵਿੱਚੋਂ ਪ੍ਰਮੁੱਖ ਅੰਤਰ ਕੀਤੀਆਂ ਗਈਆਂ ਤਬਦੀਲੀਆਂ ਅਤੇ ਉਹਨਾਂ ਦੀ ਸੋਧ ਕਰਨ ਦੀ ਮਹੱਤਤਾ ਵਿੱਚ ਹੈ। ਸੌਫਟਵੇਅਰ ਅਪਡੇਟ ਸੌਫਟਵੇਅਰ ਅਪਗ੍ਰੇਡ ਨੰਬਰ ਇੱਕ ਇੱਕ ਅਪਡੇਟ ਇੱਕ ਪੈਚ ਹੁੰਦਾ ਹੈ ਜੋ ਸੌਫਟਵੇਅਰ ਵਿੱਚ ਮੌਜੂਦ ਸਮੱਸਿਆਵਾਂ ਦੇ ਹੱਲ ਲਈ ਉਪਲਬਧ ਕਰਵਾਇਆ ਜਾਂਦਾ ਹੈ। ਇੱਕ ਅਪਗ੍ਰੇਡ ਇੱਕ ਉਤਪਾਦ ਦੇ ਪੁਰਾਣੇ ਵਰਜਨ ਨੂੰ ਨਵੇਂ ਵਰਜਨ ਵਿੱਚ ਤਬਦੀਲ ਕਰ ਦਿੰਦਾ ਹੈ। ਨੰਬਰ ਦੋ ਇੱਕ ਅਪਡੇਟ ਇੱਕ ਬੱਗ ਫਿਕਸ ਅਤੇ ਹੋਰ ਛੋਟੇ ਸੁਧਾਰ ਸ਼ਾਮਿਲ ਹੁੰਦੇ ਹਨ। ਇੱਕ ਅਪਗ੍ਰੇਡ ਵਿੱਚ ਕਈ ਤਰ੍ਹਾਂ ਦੀਆਂ ਨਵੀਆਂ ਵਿਸ਼ੇਸ਼ਤਾਵਾਂ ਅਤੇ ਆਪਸ਼ਨਾਂ ਸ਼ਾਮਿਲ ਹੁੰਦੀਆਂ ਹਨ। ਨੰਬਰ ਤਿੰਨ ਇੱਕ ਅਪਡੇਟ ਅਕਸਰ ਆਕਾਰ ਵਿੱਚ ਛੋਟਾ ਹੁੰਦਾ ਹੈ। ਅਪਗ੍ਰੇਡ ਇਸ ਦਾ ਆਕਾਰ ਕਾਫ਼ੀ ਵੱਡਾ ਹੋ ਸਕਦਾ ਹੈ। ਨੰਬਰ 4 ਸੌਫਟਵੇਅਰ ਅਪਡੇਟ ਦੇ ਕੰਮ ਵਿੱਚ ਸਮਾਂ ਘੱਟ ਲੱਗਦਾ ਹੈ। ਸੌਫਟਵੇਅਰ ਅਪਗ੍ਰੇਡ ਦੇ ਕੰਮ ਵਿੱਚ ਸਮਾਂ ਜ਼ਿਆਦਾ ਲੱਗਦਾ ਹੈ। ਨੰਬਰ 5 ਅਪਡੇਟਸ ਅਕਸਰ ਮੁਫਤ ਹੁੰਦੇ ਹਨ। ਅਪਗ੍ਰੇਡ ਲਈ ਪੈਸਾ ਖਰਚਣਾ ਪੈਂਦਾ ਹੈ। ਨੰਬਰ 6 ਸੌਫਟਵੇਅਰ ਅਪਡੇਟ ਕਰਨੇ ਅਕਸਰ ਜ਼ਰੂਰੀ ਹੁੰਦੇ ਹਨ। ਸੌਫਟਵੇਅਰ ਨੂੰ ਅਪਗ੍ਰੇਡ ਕਰਨਾ ਅਕਸਰ ਜ਼ਰੂਰੀ ਨਹੀਂ ਹੁੰਦਾ। ਪ੍ਰਸ਼ਨ 2 ਪ੍ਰੀਵੈਂਟਿਵ ਮੇਨਟੇਨੈਂਸ ਲਈ ਮੁੱਢਲੇ ਦਿਸ਼ਾ ਨਿਰਦੇਸ਼ਾਂ ਦੀ ਵਿਆਖਿਆ ਕਰੋ। ਉੱਤਰ ਪ੍ਰੀਵੈਂਟਿਵ ਮੇਨਟੇਨੈਂਸ ਲਈ ਮੁੱਢਲੇ ਦਿਸ਼ਾ ਨਿਰਦੇਸ਼ ਇਸ ਪ੍ਰਕਾਰ ਹਨ। ਕੰਪਿਊਟਰ ਸਿਸਟਮ ਦੇ ਕਿਸੇ ਵੀ ਹਿੱਸੇ ਨੂੰ ਸਾਫ਼ ਕਰਨ ਤੋਂ ਪਹਿਲਾਂ ਸਿਸਟਮ ਨੂੰ ਬੰਦ ਅਤੇ ਅਨਪਲੱਗ ਕਰੋ। ਕੰਪਿਊਟਰ ਕੇਸ ਅਤੇ ਇਹਦੀਆਂ ਪੋਰਟਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਮਾਊਸ ਦੇ ਹੇਠਲੇ ਪਾਸੇ ਲੱਗੇ ਮਿੱਟੀ ਦੀ ਪਰਤ ਨੂੰ ਸਾਫ਼ ਕਰੋ। ਮਾਊਸ ਦੇ ਲੈਫਟ ਰਾਈਟ ਅਤੇ ਸਕਰੋਲ ਬਟਨ ਨੂੰ ਜ਼ਿਆਦਾ ਜ਼ੋਰ ਨਾਲ ਨਾ ਦਬਾਓ। ਕੀਬੋਰਡ ਦੀ ਵਰਤੋਂ ਤੋਂ ਬਾਅਦ ਉਸਨੂੰ ਕਵਰ ਨਾਲ ਢੱਕ ਦਿਓ। ਕੀਬੋਰਡ ਦੀ ਵਰਤੋਂ ਤੋਂ ਬਾਅਦ ਉਸਨੂੰ ਕਵਰ ਕਰ ਦਿਓ ਤਾਂ ਕਿ ਧੂੜ ਮਿੱਟੀ ਤੋਂ ਇਸ ਦਾ ਬਚਾਅ ਕੀਤਾ ਜਾ ਸਕੇ। ਮਨੀਟਰ ਦੇ ਕੇਸ ਦੀ ਸਾਫ਼ ਕੱਪੜੇ ਨਾਲ ਸਫਾਈ ਕਰੋ। ਕੰਪਿਊਟਰ ਦੀਆਂ ਪਾਵਰ ਕੇਬਲਾਂ ਵਧੀਆ ਕਿਸਮ ਦੀਆਂ ਵਰਤਣੀਆਂ ਚਾਹੀਦੀਆਂ ਹਨ। ਪਾਵਰ ਕੇਬਲਾਂ ਦੇ ਕਨੈਕਸ਼ਨ ਪੁਆਇੰਟ ਢਿੱਲੇ ਨਹੀਂ ਹੋਣੇ ਚਾਹੀਦੇ। ਡੀਵੀਡੀ ਸੀਡੀ ਡਿਸਕ ਨੂੰ ਨਮੀ ਵਾਲੇ ਨਰਮ ਕੱਪੜੇ ਨਾਲ ਹੌਲੀ ਹੌਲੀ ਸਾਫ਼ ਕਰੋ। ਡਿਸਕ ਨੂੰ ਸਾਫ਼ ਕਰਨ ਵੇਲੇ ਉਸਦੇ ਕੇਂਦਰ ਅਤੇ ਸੁਰਾਖ ਤੋਂ ਬਾਹਰ ਵੱਲ ਨੂੰ ਸਾਫ਼ ਕਰੋ। ਡਿਸਕ ਨੂੰ ਸਰਕੂਲਰ ਜਾਂ ਘੁੰਮਣ ਵਾਲੀ ਦਿਸ਼ਾ ਵੱਲ ਨੂੰ ਸਾਫ਼ ਨਾ ਕਰੋ। ਪ੍ਰਸ਼ਨ 3 ਪੋਰਟਾਂ ਕੀ ਹਨ? ਕਿਸੇ ਵੀ ਦੋ ਕਿਸਮ ਦੀਆਂ ਕੰਪਿਊਟਰ ਪੋਰਟਾਂ ਦੀ ਵਿਆਖਿਆ ਕਰੋ। ਕੰਪਿਊਟਰ ਪੋਰਟ ਇੱਕ ਡੌਕਿੰਗ ਪੁਆਇੰਟ ਹੈ ਜਿੱਥੇ ਵਰਤੋਂ ਨਾਲ ਕਿਸੇ ਬਾਹਰੀ ਉਪਕਰਨ ਨੂੰ ਕੰਪਿਊਟਰ ਨਾਲ ਜੋੜਿਆ ਜਾ ਸਕਦਾ ਹੈ। ਉਦਾਹਰਨ ਲਈ ਮਨੀਟਰ, ਵੈਬਕੈਮ, ਸਪੀਕਰ ਜਾਂ ਹੋਰ ਕਿਸੇ ਉਪਕਰਨ ਨੂੰ ਕੰਪਿਊਟਰ ਨਾਲ ਜੋੜਨ ਲਈ ਪੋਰਟ ਦੀ ਵਰਤੋਂ ਕੀਤੀ ਜਾਂਦੀ ਹੈ। PS2 ਪੋਰਟ, ਇਥਰਨੈਟ ਪੋਰਟ, VGA ਪੋਰਟ, USB ਪੋਰਟ ਆਦਿ ਕੁਝ ਮਹੱਤਵਪੂਰਨ ਪੋਰਟਸ ਦੀਆਂ ਉਦਾਹਰਨਾਂ ਹਨ। ਦੋ ਮਹੱਤਵਪੂਰਨ ਪੋਰਟਸ ਦਾ ਵਰਣਨ ਇਸ ਪ੍ਰਕਾਰ ਹੈ। ਨੰਬਰ 1 ਯੂਨੀਵਰਸਲ ਸੀਰੀਅਲ ਬੱਸ ਪੋਰਟ, ਇਹ ਬਹੁਤ ਮਸ਼ਹੂਰ ਕਿਸਮ ਦੀ ਪੋਰਟ ਹੈ। ਇਹ ਪੋਰਟ ਬਾਹਰੀ USB ਡਿਵਾਈਸਾਂ ਜਿਵੇਂ ਕਿ ਪ੍ਰਿੰਟਰ, ਸਕੈਨਰ, ਮਾਊਸ, ਕੀਬੋਰਡ ਆਦਿ ਨੂੰ ਕੰਪਿਊਟਰ ਨਾਲ ਜੋੜਨ ਲਈ ਵਰਤੀ ਜਾਂਦੀ ਹੈ। ਇਹ ਪੋਰਟ 1997 ਵਿੱਚ ਪੇਸ਼ ਕੀਤੀ ਗਈ ਸੀ। ਕਾਲੇ ਰੰਗ ਦੀ USB ਪੋਰਟ ਇਸਦੇ 2.0 ਵਰਜਨ ਅਤੇ ਨੀਲੇ ਰੰਗ ਦੀ USB ਪੋਰਟ ਇਸਦੇ 3.0 ਵਰਜਨ ਨੂੰ ਦਰਸਾਉਂਦੀ ਹੈ। USB 3.0 ਪੋਰਟ ਦੇ ਡਾਟਾ ਟ੍ਰਾਂਸਫਰ ਦੀ ਸਪੀਡ USB 2.0 ਨਾਲੋਂ ਕਾਫ਼ੀ ਜ਼ਿਆਦਾ ਹੁੰਦੀ ਹੈ। USB ਆਧਾਰਿਤ ਡਿਵਾਈਸ USB ਪੋਰਟ ਤੋਂ ਪਾਵਰ ਵੀ ਪ੍ਰਾਪਤ ਕਰ ਸਕਦੇ ਹਨ। ਨੰਬਰ 2 VGA ਪੋਰਟ, VGA ਦਾ ਪੂਰਾ ਨਾਮ ਵੀਡੀਓਗ੍ਰਾਫਿਕਸ ਐਰੇ ਹੁੰਦਾ ਹੈ। VGA ਪੋਰਟ ਨੂੰ ਮੋਨੀਟਰ ਪੋਰਟ ਵੀ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਮੋਨੀਟਰ, ਫਲੈਟ ਪੈਨਲ, ਡਿਸਪਲੇ ਨੂੰ ਕੰਪਿਊਟਰ ਦੇ ਵੀਡੀਓ ਕਾਰਡ ਨਾਲ ਜੋੜਨ ਲਈ ਕੀਤੀ ਜਾਂਦੀ ਹੈ। ਇਸ ਪੋਰਟ ਵਿੱਚ 15 ਸੁਰਾਖ ਹੁੰਦੇ ਹਨ। ਅੱਜ ਦੇ ਇਸ ਵੀਡੀਓ ਵਿੱਚ ਜੇਕਰ ਕੋਈ ਵੀ ਡਾਊਟ ਹੋਵੇ ਤਾਂ ਕਮੈਂਟ ਬਾਕਸ ਵਿੱਚ ਲਿਖੋ। ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਅੱਗੇ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲਦੇ ਰਹਿਣ। ਧੰਨਵਾਦ।